14 ਜੁਲਾਈ 2021 ਦਿਨ ਬੁੱਧਵਾਰ ਪ੍ਰੋਗਰਾਮ ਦਾ ਸੁਗਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਜੀ। ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ ਮਹਿੰਦਰਾ ਜਿਊਲਰਸ ਨੇ, ਸਰੀ ਦੇ ਪਾਇਲ ਬਿਜ਼ਨਸ ਸੈਂਟਰ 'ਚ ਗਹਿਣਿਆਂ ਦੀ ਮਸ਼ਹੂਰ ਦੁਕਾਨ ਮਹਿੰਦਰਾ ਜਿਊਲਰਸ, ਜਿੱਥੋਂ ਕਿ ਤੁਸੀਂ ਗਹਿਣਿਆਂ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰਾ ਸੋਨਾ ਖਰੀਦ ਸਕਦੇ ਹੋ। ਇਹਨਾਂ ਕੋਲ ਹਰ ਵੇਲੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ ਭਾਂਤ ਭਾਂਤ ਦੇ ਗਹਿਣਿਆਂ ਦੀ ਬਹੁਤ ਵੱਡੀ ਸਿਲੈਕਸ਼ਨ ਜਿਹੜੀ ਆ ਉਹ ਮੌਜੂਦ ਰਹਿੰਦੀ ਆ। ਇਸ ਵੇਲੇ ਇਹਨਾਂ ਨੇ ਇੱਕ ਵਿਸ਼ੇਸ਼ ਆਫਰ ਚਲਾਈ ਹੈ ਕਿ ਤੁਸੀਂ 11 ਮਹੀਨੇ ਕੋਈ ਵੀ ਵਾਜਵੀਂ ਰਕਮ ਇਹਨਾਂ ਦੇ ਕੋਲ ਜਮ੍ਹਾਂ ਕਰਾਓ ਅਤੇ 12ਵੇਂ ਮਹੀਨੇ ਦੀ 19 ਹੀ ਕਿਸ਼ਤ ਕੋਲੋਂ ਪਾ ਕੇ ਤੁਹਾਨੂੰ ਤੁਹਾਡੀ ਮਨਪਸੰਦ ਦਾ ਗਹਿਣਾ ਜਿਹੜਾ ਉਹ ਦੇਣਗੇ। ਇਹਨਾਂ ਦਾ ਸ਼ੋਰੂਮ ਦੇਖਣ ਲਈ ਪਹੁੰਚੋ ਯੂਨਿਟ 332 8128 ਸਟਰੀਟ ਸਰੀ। ਅਤੇ ਜੇ ਤੁਸੀਂ ਔਨਲਾਈਨ ਖਰੀਦਦਾਰੀ ਕਰਨੀ ਹੈ ਤਾਂ ਇਹਨਾਂ ਦਾ ਵਟਸਐਪ ਨੰਬਰ ਨੋਟ ਕਰ ਲਓ, ਤੁਸੀਂ ਔਨਲਾਈਨ ਗਹਿਣੇ ਦੇਖ ਅਤੇ ਖਰੀਦ ਸਕਦੇ ਹੋ। ਨੰਬਰ ਹੈ 604-900-16-10-10। ਅਤੇ ਸਾਡੇ ਦੂਜੇ ਸਪੋਂਸਰ ਨੇ ਫਾਈਬਰ ਟੈੱਕ ਸਰੀ ਵੈਨਕੂਵਰ ਕੋਕਟਲਮ, 3 ਥਾਂ ਤੋਂ ਇਹ ਸੇਵਾਵਾਂ ਦੇ ਰਹੇ ਆ। ਪੂਰੀ BC ਦੇ ਵਿੱਚ ਪਲੰਬਿੰਗ ਦਾ ਸਮਾਨ ਜਿਹੜਾ ਉਹ ਛੋਟੇ ਅਤੇ ਵੱਡੇ ਪ੍ਰੋਜੈਕਟਸ ਦੇ ਵਾਸਤੇ ਡਿਲੀਵਰ ਕਰਦੇ ਆ। ਟੂਟੀਆਂ, ਟੱਬ, ਟੋਲਸ ਵਗੈਰਾ ਹਰ ਤਰ੍ਹਾਂ ਦਾ ਸਮਾਨ ਤਿੰਨਾਂ ਲੋਕੇਸ਼ਨਾਂ ਦੇ ਉੱਤੇ ਇਹ ਰੱਖਦੇ ਆ। ਆਪਣੇ ਟੱਬ ਅਤੇ ਜਕੂਜ਼ੀਆਂ ਖੁਦ ਦੀ ਫੈਕਟਰੀ ਤਿਆਰ ਕਰਦੇ ਆ, ਜਿੱਥੇ ਤੁਸੀਂ ਕਸਟਮ ਆਰਡਰ ਵੀ ਕਰ ਸਕਦੇ ਆ। ਅਤੇ ਇਸੇ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਵਾਸਤੇ ਇਹਨਾਂ ਨੂੰ ਵਰਕਰਾਂ ਦੀ ਲੋੜ ਆ ਅਤੇ ਨਾਲ ਦੀ ਨਾਲ ਡਿਲੀਵਰੀ ਡਰਾਈਵਰ ਵੀ ਚਾਹੀਦੇ ਆ। ਐਡਰੈਸ ਇਹਨਾਂ ਦਾ 8247-130 ਸਟਰੀਟ ਸਰੀ, ਫੋਨ 604-507-9199। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਸਰੀ ਦੇ ਇੱਕ ਬਜ਼ੁਰਗ ਦੀ, ਜਿਨ੍ਹਾਂ ਨੇ ਕਿ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਪਹਿਲਾਂ ਕਾਫੀ ਨਾਮਣਾ ਖੱਟਿਆ ਹੋਇਆ ਸੀ, ਹੁਣ ਮੇਨ ਸਟ੍ਰੀਮ ਦੇ ਵਿੱਚ ਵੀ ਉਹਨਾਂ ਦੀ ਬੜੀ ਸ਼ਲਾਘਾ ਹੋ ਰਹੀ ਆ। ਕਾਰਨ ਆਪਾਂ ਪੂਰਾ ਬਿਆਨਾਂਗੇ। ਅਤੇ ਅਮਰੀਕਾ ਦੇ ਵਿੱਚ ਕਰੋਨਾ ਦੇ ਕੇਸ ਜਿਹੜੇ ਦੁਬਾਰਾ ਵਧਣ ਲੱਗੇ ਆ। ਅਮਰੀਕਾ ਦੇ ਵਿੱਚ ਇੱਕ ਹੋਮਿਓਪੈਥਿਕ ਡਾਕਟਰ ਨੂੰ ਜਿਹੜੀ ਹੈ ਜੀ ਉਹ ਚਾਰਜ ਕਰ ਲਿਆ ਗਿਆ, ਕਹਿੰਦੇ ਕਰੋਨਾ ਬਾਰੇ ਗਲਤ ਜਾਣਕਾਰੀ ਜਿਹੜੀ ਆ ਦਿੱਤੀ ਜਾ ਰਹੀ ਸੀਗੀ। ਅਮਰੀਕਾ ਦੀ ਨਾਸਾ ਜਿਹੜੀ ਆ ਸਪੇਸ ਏਜੰਸੀ, ਉਹਨਾਂ ਨੇ ਅਗਲੇ ਸਾਲਾਂ ਦੇ ਵਾਸਤੇ ਇੱਕ ਪੇਸ਼ਨਗੋਈ ਕੀਤੀ ਆ। ਕਹਿੰਦੇ ਹਾਲਾਤ ਜਿਹੜੇ ਆ ਉਹ ਕਾਫੀ ਖਰਾਬ ਹੋ ਸਕਦੇ ਆ। ਕਿਸਾਨ ਆਗੂ ਸਰਦਾਰ ਗੁਰਨਾਮ ਸਿੰਘ ਚੜੂਨੀ ਨੂੰ ਸਾਥੀਆਂ ਨੇ ਮੁਅੱਤਲ ਕਰ ਦਿੱਤਾ। ਅਤੇ ਨਾਲ ਹੀ ਆਪਾਂ ਗੱਲ ਕਰਾਂਗੇ ਪੰਜਾਬ ਦੇ ਪਿੰਡਾਂ ਦੀ, ਜਿਨ੍ਹਾਂ ਦੇ ਵਿੱਚ ਸਿਆਸਤਦਾਨਾਂ ਦੇ ਵੜਨ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਆ। ਅਖੀਰ ਦੇ ਵਿੱਚ ਪੰਜਾਬ ਦੇ ਸਨਅਤਕਾਰਾਂ ਦੀ ਗੱਲ ਕਰਾਂਗੇ, ਜਿਨ੍ਹਾਂ ਨੂੰ UP ਦੇ ਮੁੱਖ ਮੰਤਰੀ ਵੱਲੋਂ ਚੋਗਾ ਪਾਇਆ ਜਾ ਰਿਹਾ ਆ। ਇੱਧਰ ਪੰਜਾਬ ਦੇ ਵਿੱਚ ਵੈਸੇ ਨਹੀਂ ਕੁਛ ਮਿਲ ਰਿਹਾ ਅਤੇ ਪਲਾਨ ਜਿਹੜਾ ਹੋਣ ਦੀਆਂ ਤਿਆਰੀਆਂ ਆ। ਅਨਮੋਲ ਗਗਨ ਮਾਨ ਦਾ ਵਿਵਾਦ ਚੱਲ ਰਿਹਾ, ਉਹ ਗੱਲਬਾਤ ਨਾਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹੁਣੇ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਨਿੱਘਾ ਸਵਾਗਤ ਆ। ਗੱਲ ਕਰਾਂਗੇ ਪ੍ਰਿੰਸੀਪਲ ਸਰਦਾਰ ਗਿਆਨ ਸਿੰਘ ਕੋਟਲੀ ਹੋਣਾਂ ਦੀ। ਕਹਿੰਦੇ ਹੁੰਦੇ ਆ ਵੀ ਜਿਹੜਾ ਮਰਦ ਅਤੇ ਘੋੜਾ ਕਦੀ ਵੀ ਬੁੱਢਾ ਨਹੀਂ ਹੁੰਦਾ, ਖੁਰਾਕ ਮਿਲਣੀ ਚਾਹੀਦੀ ਆ। ਅਤੇ ਪੁਰਾਣੇ ਬਜ਼ੁਰਗਾਂ ਦੀਆਂ ਜਿਹੜੀਆਂ ਖੁਰਾਕਾਂ ਖਾਧੀਆਂ ਹੋਈਆਂ ਉਹ ਵਾਕਈ ਆ ਖੁਰਾਕਾਂ ਵਧੀਆ, ਸਹੀ ਖੁਰਾਕ ਖਾਧੀ ਹੋਈ ਆ, ਸਿਹਤ ਦਾ ਖਿਆਲ ਰੱਖਦੇ ਆ, ਇਸੇ ਕਰਕੇ ਅੱਜ ਦੇ ਜਵਾਨਾਂ ਨੂੰ ਜਿਹੜੇ ਆ ਉਹ ਮਾਤ ਪਾਉਂਦੇ ਆ। ਪ੍ਰਿੰਸੀਪਲ ਸਰਦਾਰ ਗਿਆਨ ਸਿੰਘ ਕੋਟਲੀ ਵੈਨਕੂਵਰ ਇਲਾਕੇ ਦੇ ਵਿੱਚ, ਸਰੀ ਇਲਾਕੇ ਦੇ ਵਿੱਚ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ, ਬਹੁ ਪੱਖੀ ਸ਼ਖਸੀਅਤ ਨੇ ਉਹ। ਪਹਿਲਾਂ ਉਹ ਉਹਨੂੰ ਦੱਸੀਏ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਦਾ ਪਿੰਡ ਆ, ਪਰ ਵੈਸੇ ਉਹਨਾਂ ਨੇ ਜ਼ਿੰਦਗੀ ਦਾ ਜਿਹੜਾ ਵੱਡਾ ਹਿੱਸਾ ਆ ਉਹ ਕਲਕੱਤੇ ਗੁਜ਼ਾਰਿਆ। ਕਲਕੱਤੇ ਉਹ ਪੱਤਰਕਾਰੀ ਵੀ ਕਰਦੇ ਰਹੇ ਆ ਅਤੇ ਉਸ ਤੋਂ ਬਾਅਦ ਦੇ ਵਿੱਚ ਕੈਨੇਡਾ ਪਹੁੰਚੇ। ਕੈਨੇਡਾ ਆਇਆਂ ਨੂੰ ਕਈ ਦਹਾਕੇ ਹੋ ਚੁੱਕੇ ਆ। ਇੱਥੇ ਆ ਕੇ ਉਹ ਅਦਾਲਤਾਂ ਦੇ ਵਿੱਚ ਇੰਟਰਪ੍ਰੀਟੇਸ਼ਨ ਦਾ ਕੰਮ ਵੀ ਕਰਦੇ ਰਹੇ ਆ, ਖਾਲਸਾ ਸਕੂਲ ਦੇ ਪ੍ਰਿੰਸੀਪਲ ਵੀ ਰਹੇ ਆ, ਪੰਜਾਬੀ ਪ੍ਰੈਸ ਕਲੱਬ ਆਫ BC ਦੇ ਪ੍ਰਧਾਨ ਵੀ ਰਹੇ ਅਤੇ ਬਹੁਤ ਆਲਾ ਕਵੀ ਆ। ਬਹੁਤ ਵਧੀਆ ਕਵਿਤਾਵਾਂ ਜਿਹੜੀਆਂ ਆ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਅੱਡ ਅਖਬਾਰਾਂ ਦੇ ਵਿੱਚ ਛਪਦੀਆਂ ਰਹੀਆਂ। ਉਹਨਾਂ ਦਾ ਸ਼ੌਂਕ ਆ ਕਿ ਪਹਾੜਾਂ ਦੇ ਉੱਤੇ ਚੜ੍ਹਨਾ। ਸੋ ਵੈਨਕੂਵਰ ਇਲਾਕੇ ਦੇ ਵਿੱਚ ਗਰੋਸ ਮਾਊਂਟੇਨ ਜਿਹੜੀ ਆ ਬੜੀ ਇੱਕ ਮਸ਼ਹੂਰ ਪਹਾੜੀ ਆ, ਜਿਹਦੇ ਉੱਤੇ ਕਿ ਅਕਸਰ ਲੋਕ ਦੁਨੀਆ ਤੋਂ ਆਉਂਦੇ ਆ ਦੇਖਣ ਵਾਸਤੇ। ਥੱਲੇ ਗੰਡੋਲਾ ਚੱਲਦਾ ਆ ਜਿਹੜਾ ਕਿ ਉੱਪਰ ਜਾਂਦਾ ਆ, ਪਰ ਬਹੁਤ ਸਾਰੇ ਲੋਕ ਜਿਹੜੇ ਆਪਣੀ ਫਿਟਨੈਸ ਚੈੱਕ ਕਰਨਾ ਚਾਹੁੰਦੇ ਆ, ਜਿਹੜੇ ਕਿ ਬਹੁਤ ਸਾਰੇ ਜਿੰਮਾਂ ਦੇ ਵਿੱਚ ਜਾਂਦੇ ਆ, ਛੋਟੀਆਂ ਮੋਟੀਆਂ ਹਾਈਕਸ ਕਰਦੇ ਆ, ਉਹਨਾਂ ਨੂੰ ਹੁੰਦਾ ਕਿ ਅਸੀਂ ਚੈੱਕ ਕਰੀਏ ਵੀ ਅਸੀਂ ਫਿੱਟ ਕਿੰਨੇ ਹਾਂ। ਤਾਂ ਉਹ ਥੱਲਿਓਂ ਜਿਹੜੀ ਪਹਾੜੀ ਹੈਗੀ ਆ ਤਕਰੀਬਨ 3 ਕਿਲੋਮੀਟਰ ਉੱਚੀ ਅਤੇ ਇਹਦੇ ਵਿੱਚ 1100 ਤੋਂ ਉੱਪਰ ਜਿਹੜੀਆਂ ਪੌੜੀਆਂ ਆ ਸਟੈਪ ਹੈਗੇ ਆ ਉਹ ਚੜ੍ਹਨ ਦੀ ਕੋਸ਼ਿਸ਼ ਕਰਦੇ ਆ। ਬਹੁਤ ਸਾਰੇ ਜਿਹੜੇ ਜਵਾਨ ਲੋਕ ਆ ਉਹ ਵੀ ਇਹ ਹਯਾ ਨਹੀਂ ਕਰ ਸਕਦੇ ਕਿ ਅਸੀਂ ਇਸ ਪਹਾੜੀ ਦੇ ਉੱਤੇ ਚੜ੍ਹੀਏ। ਜਿਹੜੇ ਫਿੱਟ ਲੋਕ ਆ ਉਹ ਕੋਸ਼ਿਸ਼ਾਂ ਕਰਦੇ ਆ, ਕਈ ਤਾਂ ਮੇਰੇ ਵਰਗੇ ਰਾਹ ਦੇ ਵਿੱਚ ਮੁੜੇ ਆਉਂਦੇ ਦੇਖ ਕੇ। ਅਤੇ ਐਵਰੇਜ ਤੌਰ ਦੇ ਉੱਤੇ ਜਿਹੜੇ ਫਿੱਟ ਲੋਕ ਆ ਉਹ ਘੰਟੇ ਤੋਂ ਲੈ ਕੇ 1.5 ਘੰਟੇ ਦੇ ਵਿੱਚ ਚੜ੍ਹ ਜਾਂਦੇ ਆ। ਜਿਹੜੇ ਕਦੀ ਨਹੀਂ ਗਏ ਹੈਗੇ ਉਹ ਵੀ ਹੌਲੀ ਹੌਲੀ 3-4 ਘੰਟੇ ਦੇ ਵਿੱਚ ਜਿਹੜੇ ਆ ਮਨ ਮਾਰ ਕੇ ਕਈ ਵਾਰੀ ਚੜ੍ਹ ਜਾਂਦੇ ਆ। ਪਰ ਪ੍ਰਿੰਸੀਪਲ ਕੋਟੜੀ ਦੀ ਸ਼ਲਾਘਾ ਇਸ ਗੱਲੋਂ ਹੋ ਰਹੀ ਆ, ਮੇਨ ਸਟ੍ਰੀਮ ਦੇ ਵਿੱਚ ਉਹਨਾਂ ਦੀ ਚਰਚਾ ਹੋ ਰਹੀ ਆ ਕਿ ਉਹ ਹੁਣ ਤੱਕ 200 ਵਾਰੀ ਇਹ ਗਰੋਸ ਗ੍ਰਾਇੰਡ ਜਿਹੜੀ ਆ ਉਹ ਕਰ ਚੁੱਕੇ ਆ। ਇਹਦਾ ਨਾ ਹੀ ਇੱਦਾਂ ਦਾ ਗਰੋਸ ਗ੍ਰਾਇੰਡ ਮਤਲਬ ਕਿ ਸਰੀਰ ਨੂੰ ਅੰਦਰੋਂ
ਪੀ ਦਿੰਦੀ ਆ। ਬਹੁਤ ਹੀ ਸਟੈਮਿਨਾ ਚਾਹੀਦਾ ਇਹ ਚੜ੍ਹਨ ਦੇ ਵਾਸਤੇ। ਜਿਵੇਂ ਕਿ ਮੈਂ ਪਹਿਲਾਂ ਦੱਸ ਕੇ ਹਟਿਆ, 200 ਵਾਰ ਉਹ ਚੜ੍ਹ ਚੁੱਕੇ ਆ। 87 ਸਾਲ ਦੀ ਜਿਹੜੀ ਉਹਨਾਂ ਦੀ ਉਮਰ ਹੈਗੀ ਆ, 87 ਸਾਲ ਦੇ ਵਿੱਚ ਬਹੁਤੇ ਬਜ਼ੁਰਗਾਂ ਦੀ ਹਾਲਤ ਅਜਿਹੀ ਹੁੰਦੀ ਆ, ਸਿੱਧਾ ਤੁਰ ਨਹੀਂ ਸਕਦੇ। ਅਤੇ ਸਰਦਾਰ ਗਿਆਨ ਸਿੰਘ ਕੋਟਲੀ ਜਿਹੜੇ ਆ ਨਵੇਂ ਦਸਹੱਦੇ ਸਰ ਕਰ ਰਹੇ ਆ, ਭਾਈਚਾਰੇ ਦਾ ਜਿਹੜਾ ਮਾਣ ਉੱਚਾ ਹੋ ਰਿਹਾ, ਉਹ ਇਸ ਕਰਕੇ ਕਿ ਦਸਤਾਰਧਾਰੀ ਗੁਰਮਤ ਨੂੰ ਅਪਣਾਏ ਹੋਏ ਇਨਸਾਨ ਜਿਹੜੇ ਉੱਥੇ ਜਾ ਕੇ ਵੀ ਚੰਗਿਆਈਆਂ ਜਿਹੜੀਆਂ ਆ ਉਹ ਵੰਡਦੇ ਆ, ਉੱਥੇ ਹੋਰ ਜਾ ਕੇ ਜਿਹੜੇ ਹਾਈਕਰ ਆ ਅੱਡ ਅੱਡ ਕੌਮਾਂ ਦੇ, ਕਿਉਂਕਿ ਪੂਰੀ ਦੁਨੀਆ 'ਚ ਲੋਕ ਇਹ ਹਾਈਕ ਕਰਨ ਆਉਂਦੇ ਆ, ਉਹਨਾਂ ਨੂੰ ਉਤਸ਼ਾਹ ਦਿੰਦੇ ਆ। ਸੋ ਇਹਨਾਂ ਰਿਪੋਰਟਾਂ ਦੇ ਵਿੱਚ ਦਿਖਾਇਆ ਗਿਆ ਕਿਵੇਂ ਜਿਹੜੇ ਨੌਜਵਾਨ ਆ ਉਹਨਾਂ ਤੋਂ ਪ੍ਰੇਰਿਤ ਹੁੰਦੇ ਆ, ਉਹਨਾਂ ਨੂੰ ਆਪਣਾ ਰਾਹ ਦਸੇਰਾ ਮੰਨਦੇ ਆ, ਤਾਂ ਕਹਿੰਦੇ ਆ ਕਿ ਵੀ ਜੇ ਬਜ਼ੁਰਗ ਜਿਹੜੇ ਆ ਇੱਦਾਂ ਚੜ੍ਹ ਸਕਦੇ ਤਾਂ ਸਾਨੂੰ ਵੀ ਹੁਣ ਆਸ ਹੋ ਗਈ ਆ ਵੀ ਅਸੀਂ ਵੀ ਲੰਮੀ ਉਮਰ ਤੱਕ ਜਿਹੜਾ ਆ ਆਪਣੇ ਸਰੀਰ ਨੂੰ ਇੱਦਾਂ ਹੀ ਫਿੱਟ ਜਿਹੜਾ ਆ ਉਹ ਰੱਖ ਸਕਦੇ ਹਾਂ। ਪ੍ਰਿੰਸੀਪਲ ਸਰਦਾਰ ਗਿਆਨ ਸਿੰਘ ਕੋਟਲੀ ਵੈਸੇ ਤਾਂ ਹਮੇਸ਼ਾ ਉਹਨਾਂ ਦਾ ਹੱਥ ਜਿਹੜਾ ਆ ਹਰੇਕ ਗੱਲ ਦੇ ਵਿੱਚ ਸਿਰ 'ਤੇ ਰਿਹਾ, ਭਾਈਚਾਰੇ ਦਾ ਹਮੇਸ਼ਾ ਉਹ ਸਹਿਯੋਗ ਦਿੰਦੇ ਰਹੇ ਆ, ਉਹਨਾਂ ਦੀ ਚੜ੍ਹਦੀ ਕਲਾ ਲਈ ਅਸੀਂ ਹੋਰ ਅਰਦਾਸ ਕਰਦੇ ਹਾਂ। ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਅਮਰੀਕਾ ਦੀ। ਅਮਰੀਕਾ ਦੇ ਵਿੱਚ ਕਰੋਨਾ ਦੇ ਕੇਸ ਜਿਹੜੇ ਆ ਫਿਰ ਚਿੰਤਾਜਨਕ ਪੱਧਰ ਦੇ ਉੱਤੇ ਵੱਧ ਰਹੇ ਹੈਗੇ ਆ। ਰੋਜ਼ਾਨਾ ਤਕਰੀਬਨ 23,600 ਕੇਸ ਕੌਮੀ ਤੌਰ ਦੇ ਉੱਤੇ ਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਆ ਰਹੇ ਆ, ਅਤੇ ਇਹ ਪਿਛਲੇ 3 ਹਫ਼ਤੇ ਤੋਂ ਰੁਝਾਨ ਜਿਹੜਾ ਜ਼ਿਆਦਾ ਤੇਜ਼ ਹੋ ਗਿਆ ਆ। 4 ਜੁਲਾਈ ਦੇ ਜਸ਼ਨਾਂ ਤੋਂ ਬਾਅਦ, ਆਜ਼ਾਦੀ ਦਿਨ ਦੇ ਜਸ਼ਨਾਂ ਤੋਂ ਬਾਅਦ ਕੇਸ ਜਿਹੜੇ ਆ ਵਧਣੇ ਸ਼ੁਰੂ ਹੋਏ ਆ, ਕਿਉਂਕਿ ਅਮਰੀਕਾ ਭਾਰਤ ਦੇ ਵਿੱਚ ਆਜ਼ਾਦੀ ਦਿਵਸ ਜਿਹੜੇ ਆ ਬੜੀ ਖੁੱਲ੍ਹ ਕੇ ਮਨਾਏ ਗਏ, ਵੱਡੇ ਵੱਡੇ ਜਿਹੜੇ ਇਕੱਠ ਹੋਏ ਆ। ਇੱਕ ਜਿਹੜਾ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਅਮਰੀਕਾ ਦੀ ਲਗਭਗ ਅੱਧੀ ਆਬਾਦੀ ਇਹੋ ਜਿਹੀ ਆ ਜਿਨ੍ਹਾਂ ਦੇ ਹਜੇ ਟੀਕੇ ਨਹੀਂ ਲੱਗੇ। ਸੋ ਜਿਹੜੀ ਵੈਕਸੀਨੇਸ਼ਨ ਵਾਲੀ ਮੁਹਿੰਮ ਆ ਬਹੁਤ ਹੌਲੀ ਚੱਲ ਰਹੀ ਆ, ਬਹੁਤ ਸਾਰੇ ਲੋਕ ਜਿਹੜੇ ਆਕੀ ਹੋ ਗਏ, ਉਹ ਕਹਿੰਦੇ ਅਸੀਂ ਟੀਕੇ ਲਵਾਉਣੇ ਹੀ ਨਹੀਂ ਹੈਗੇ। ਇਸ ਕਰਕੇ ਜਿਹੜੇ ਉੱਥੋਂ ਦੇ ਸਿਹਤ ਮਾਹਰ ਆ ਉਹ ਵਾਰ ਵਾਰ ਚੇਤਾਵਨੀਆਂ ਦੇ ਰਹੇ ਆ ਕਿ ਜਿਨ੍ਹਾਂ ਲੋਕਾਂ ਨੇ ਟੀਕੇ ਨਹੀਂ ਲਵਾਏ ਉਹਨਾਂ ਨੂੰ ਕਰੋਨਾ ਦਾ ਖਤਰਾ ਜਿਹੜਾ ਆ ਬਹੁਤ ਜ਼ਿਆਦਾ ਆ, ਅਤੇ ਉਹਨਾਂ ਨੂੰ ਹੀ ਹੋ ਰਿਹਾ ਆ ਹੁਣ। ਇਸ ਕਰਕੇ ਅਮਰੀਕਾ ਦਾ ਜਿਹੜਾ ਕੈਨੇਡਾ ਦੇ ਨਾਲ ਬਾਰਡਰ ਆ ਉਹ ਵੀ ਖੋਲ੍ਹਣ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਆ, ਕਿਉਂਕਿ ਕੈਨੇਡਾ ਦੇ ਵਿੱਚ ਇਸ ਵੇਲੇ ਤਕਰੀਬਨ 70% ਲੋਕ ਅਜਿਹੇ ਨੇ ਜਿਨ੍ਹਾਂ ਦੇ ਪਹਿਲਾ ਟੀਕਾ ਲੱਗ ਚੁੱਕਾ ਆ, ਅਤੇ 52% ਲੋਕ ਅਜਿਹੇ ਨੇ ਜਿਨ੍ਹਾਂ ਦੇ ਦੂਜਾ ਟੀਕਾ ਵੀ ਲੱਗ ਗਿਆ। ਸੋ ਕੈਨੇਡਾ ਜਿਹੜਾ ਆ ਉਹ ਇਸ ਵੇਲੇ ਇਸ ਗੱਲ ਕਰਕੇ ਡਰ ਰਿਹਾ ਆ ਵੀ ਜੇ ਅਮਰੀਕਾ ਵਾਲਾ ਬਾਰਡਰ ਖੋਲ੍ਹ ਦਿੱਤਾ ਤਾਂ ਕਿਤੇ ਉਹ ਗੱਲ ਨਾ ਹੋਵੇ ਵੀ ਜਿਨ੍ਹਾਂ ਲੋਕਾਂ ਨੇ ਟੀਕੇ ਨਹੀਂ ਲਵਾਏ ਹੈਗੇ ਉਹਨਾਂ ਦੇ ਜ਼ਰੀਏ ਜਿਹੜਾ ਆ ਕਰੋਨਾ ਦੁਬਾਰਾ ਇੱਥੇ ਆ ਜਾਵੇ। ਹੁਣ ਜਿਹੜਾ ਵੇਰੀਐਂਟ ਉੱਥੇ ਅਮਰੀਕਾ 'ਚ ਫੈਲ ਰਿਹਾ ਆ ਉਹ ਹੈਗਾ ਵੀ ਜ਼ਿਆਦਾ ਕਰਕੇ ਡੈਲਟਾ ਵੇਰੀਐਂਟ ਆ ਜਿਹੜਾ ਕਿ ਭਾਰਤ ਤੋਂ ਆਇਆ, ਖਤਰਨਾਕ ਆ, ਜਿਹਦੇ ਬਾਰੇ ਅੱਡ ਅੱਡ ਚਰਚਾਵਾਂ ਚੱਲਦੀਆਂ ਆ ਕਿ ਇਹਦੇ ਉੱਤੇ ਟੀਕੇ ਜਿਹੜੇ ਆ ਉਨਾ ਅਸਰ ਨਹੀਂ ਕਰਦੇ। ਅਲੱਗ ਟੀਕਿਆਂ ਵਾਲੇ ਦਾਅਵਾ ਕਰੀ ਜਾਂਦੇ ਆ ਕਿ ਕਰਦੇ ਆ, ਪਰ ਫਿਰ ਵੀ ਇੱਕ ਚਿੰਤਾ ਵਾਲੀ ਗੱਲ ਜਿਹੜੀ ਆ ਉਹ ਜ਼ਰੂਰ ਆ। ਇਸੇ ਦੌਰਾਨ ਕੈਲੀਫੋਰਨੀਆ ਦੀ ਨਾਪਾ ਵੈਲੀ ਤੋਂ ਇੱਕ ਹੋਮਿਓਪੈਥਿਕ ਡਾਕਟਰ ਜਿਹੜੇ ਆ ਉਹਨਾਂ ਨੂੰ ਫੈਡਰਲ ਚਾਰਜਸ ਦੇ ਅਧੀਨ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ। ਉਹਨਾਂ ਦੇ ਉੱਤੇ ਦੋਸ਼ ਇਹ ਲਾਏ ਗਏ ਆ ਕਿ ਉਹਨਾਂ ਨੇ ਕਰੋਨਾ ਦੇ ਬਾਰੇ ਲੋਕਾਂ ਨੂੰ ਗੁੰਮਰਾਹ ਕੀਤਾ, ਲੋਕਾਂ ਦੇ ਜਿਹੜੇ ਆਪੇ ਬਣਾਏ ਹੋਏ ਨਕਲੀ ਜਿਹੜੇ ਆ ਟੀਕੇ ਲਾ ਦਿੱਤੇ, ਆਪਣੇ ਕੋਲ ਕਾਰਡ ਬਣਾ ਕੇ ਦੇ ਦਿੱਤੇ ਵੀ ਤੁਹਾਡੇ ਜਿਹੜੇ ਆ ਟੀਕੇ ਲੱਗੇ ਹੋਏ ਆ। ਜੂਲੀਏ ਮਾਜ਼ੀ 41 ਸਾਲ ਦੀ ਉਮਰ ਆ ਉਹਨਾਂ ਦੀ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਮਾਮਲਿਆਂ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਜਿਹੜਾ ਜੀ ਉਹ ਚਾਰਜ ਕੀਤਾ ਗਿਆ ਆ। ਸੋ ਉਹ ਕਹਿੰਦੇ ਵੀ ਇਹਨਾਂ ਦੇ ਉੱਤੇ ਦੋਸ਼ ਜਿਹੜੇ FDA ਦੇ ਵੱਲੋਂ ਆਥੋਰਾਈਜ਼ ਵੈਕਸੀਨ ਆ ਉਹਨਾਂ ਦੀ ਬਜਾਏ ਆਪਣੇ ਫੇਕ ਜਿਹੜੇ ਟੀਕੇ ਲਾਉਣ ਦੇ ਹੈਗੇ। ਇਸ ਤਰ੍ਹਾਂ ਕਰਕੇ ਉਹਨਾਂ ਨੇ ਲੋਕਾਂ ਦੀ ਜਿਹੜੀ ਜ਼ਿੰਦਗੀ ਆ ਉਹ ਰਿਸਕ ਦੇ ਵਿੱਚ ਪਾਈ ਆ। ਇਹਦੇ ਨਾਲ ਦੀ ਨਾਲ ਨਕਲੀ ਵੈਕਸੀਨੇਸ਼ਨ ਦੇ ਕਾਰਡ ਬਣਾ ਕੇ ਸਰਕਾਰ ਦੇ ਨਾਲ ਧੋਖਾ ਦਿੱਤਾ ਆ, ਸਰਕਾਰ ਨੂੰ ਧੋਖਾ ਦਿੱਤਾ ਆ, ਅਤੇ ਇਸ ਦੇ ਨਾਲ ਹੀ ਜਿਹੜਾ ਆ ਬਿਮਾਰੀ ਘਟਾਉਣ ਦੀ ਬਜਾਏ ਬਿਮਾਰੀ ਵਧਾਉਣ ਦੇ ਵਿੱਚ ਜਿਹੜਾ ਆ ਜ਼ਿਆਦਾ ਯੋਗਦਾਨ ਪਾਇਆ ਆ। ਇਸ ਕਰਕੇ ਡਿਪਟੀ ਅਟਾਰਨੀ ਜਨਰਲ ਲੀਸਾ ਮੋਨੈਕੋ ਕਹਿੰਦੇ ਵੀ ਇਹ ਸਖ਼ਤ ਸਜ਼ਾ ਦੇ ਜਿਹੜੇ ਆ ਹੱਕਦਾਰ ਆ। ਸੋ ਜੂਲੀਏ ਮਾਜ਼ੀ 41 ਸਾਲ ਦੀ ਉਮਰ ਆ, ਹੋਮਿਓਪੈਥਿਕ ਡਾਕਟਰ ਆ, ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਗੁੰਮਰਾਹ ਕਰਨ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਅਤੇ ਚਾਰਜ ਜਿਹੜਾ ਆ ਉਹ ਕੀਤਾ ਗਿਆ ਆ। ਆਪਾਂ ਦੇਖ ਲਏ ਹਾਂ ਦੁਨੀਆ ਦੇ ਵਿੱਚ ਜਿਹੜਾ ਮੌਸਮ ਆ ਬੜੀ ਤੇਜ਼ੀ ਦੇ ਨਾਲ ਤਬਦੀਲ ਹੋ ਰਿਹਾ ਆ। BC ਦੇ ਵਿੱਚ ਪਿਛਲੇ 1 ਮਹੀਨੇ ਤੋਂ ਮੀਂਹ ਨਹੀਂ ਪਿਆ, ਜਿਹੜੇ ਆ ਘਾਹ ਦੇ ਰੰਗ ਆ ਗੋਲਡਨ ਹੋ ਗਿਆ, ਸੁਨਹਿਰੀ ਹੋ ਗਏ ਆ। ਇਹੋ ਜਿਹੇ ਹਾਲ ਅੱਗੇ ਟੋਰਾਂਟੋ ਹੋਇਆ ਕਰਦਾ ਸੀਗਾ। ਟੋਰਾਂਟੋ ਦੇ ਵਿੱਚ ਖੁਸ਼ਕ ਗਰਮੀ ਜਿਹੜੀ ਆ ਬਹੁਤ ਪੈਂਦੀ ਹੁੰਦੀ ਸੀ, BC ਵਿੱਚ ਮੀਂਹ ਪੈਂਦੇ ਰਹਿੰਦੇ ਹੁੰਦੇ ਸੀ। ਹੁਣ ਕੀ ਉਲਟਾ ਹੋਇਆ ਆ, ਟੋਰਾਂਟੋ ਇਲਾਕੇ ਵਿੱਚ ਛਰਾਟੇ ਪੈ ਰਹੇ ਆ, ਪੰਜਾਬ ਦੇ ਵਿੱਚ ਮੀਂਹ ਪੈ ਰਹੇ ਆ, BC ਦੇ ਵਿੱਚ ਸੋਕਾ ਜਿਹੜਾ ਆ ਪਿਆ ਹੋਇਆ, ਅਤੇ ਅਗਲੇ ਆਉਣ ਵਾਲੇ 10 ਦਿਨਾਂ ਤੱਕ ਮੀਂਹ ਜਾਂ ਮੀਂਹ ਦੇ ਬੱਦਲ ਜਿਹੜੇ ਲਾਗੇ ਛਾਗੇ ਵੀ ਦਿਖਾਈ ਨਹੀਂ ਦੇ ਰਹੇ। ਹੁਣ ਜਿਹੜੇ ਨਾਸਾ ਦੇ ਵਿਗਿਆਨੀ ਆ ਅਮਰੀਕਨ ਸਪੇਸ ਏਜੰਸੀ ਦੇ, ਉਹ ਕਹਿੰਦੇ ਵੀ ਇਹ ਸਾਰਾ ਕੁਝ ਚੰਦ ਦੀ ਵਜ੍ਹਾ ਕਰਕੇ ਹੋ ਰਿਹਾ। ਉਹ ਕਹਿੰਦੇ ਚੰਦ ਦੇ ਉੱਤੇ ਕੁਛ ਅਜਿਹਾ ਹੋਇਆ ਆ ਜਿਹਦੇ ਕਰਕੇ ਧਰਤੀ ਜਿਹੜੀ ਆ ਉਹਦੇ ਮੌਸਮ ਦੇ ਵਿੱਚ ਬਦਲਾਅ ਆਇਆ ਹੋਇਆ। ਜੇ ਆਪਾਂ ਆਪਣੇ ਪੁਰਾਣੇ ਮਿਥਿਹਾਸ ਦੀਆਂ ਗੱਲਾਂ ਕਰੀਏ ਫਿਰ ਤਾਂ ਇਹ ਰਿਸ਼ਤੇਦਾਰੇ ਹੋਏ, ਧਰਤੀ ਸਾਡੀ ਮਾਂ ਆ, ਚੰਦ ਸਾਡਾ ਮਾਮਾ ਆ। ਹੋ ਸਕਦਾ ਕੋਈ ਆਸ ਵਿੱਚ ਰਿਸ਼ਤੇਦਾਰੀ ਦੇ ਵਿੱਚ ਕਿਸੇ ਦਾ ਕੋਈ ਫਿੱਕ ਪੈ ਗਿਆ ਹੋਵੇ, ਪਰ ਜੇ ਵਿਗਿਆਨੀਆਂ ਦੀ ਮੰਨੀਏ ਉਹ ਕਹਿੰਦੇ ਵੀ ਜਿਹੜੀ ਜਿਹੜਾ ਚੰਦ ਆ ਉਹ ਧਰਤੀ ਦੇ ਉੱਤੋਂ ਪਾਣੀ ਨੂੰ ਆਪਣੇ ਵੱਲ ਖਿੱਚਦਾ ਆ, ਉਹਦੇ ਵਿੱਚ ਕੁਛ ਨਾ ਕੁਛ ਜਿਹੜੀ ਇਹੋ ਜਿਹੀ ਗੱਲਬਾਤ ਹੋਈ ਆ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਮੌਸਮ ਆ ਹੋਰ ਵੀ ਖਰਾਬ ਹੋ ਸਕਦਾ ਆ। ਉਹ ਕਹਿੰਦੇ ਵੀ ਇਸ ਦਾ ਨਤੀਜਾ ਇਹ ਨਿਕਲੂਗਾ ਕਿ ਧਰਤੀ ਦੇ ਉੱਤੇ ਅਗਲੇ 10 ਸਾਲ ਦੇ ਵਿੱਚ ਭਿਆਨਕ ਹੜ੍ਹ ਜਿਹੜੇ ਆ
ਸਮੁੰਦਰੀ ਇਲਾਕਿਆਂ ਦੇ ਵਿੱਚ ਆਉਣਗੇ। ਉਹ ਸ਼ਹਿਰ ਜਿਹੜੇ ਉਹ ਇਲਾਕੇ ਜਿਹੜੇ ਸਮੁੰਦਰ ਦੇ ਕੰਢੇ ਵਸੇ ਹੋਏ ਆ, ਉੱਥੇ ਲਹਿਰਾਂ ਜਿਹੜੀਆਂ ਆ ਉਹਨਾਂ ਦੀ ਉਚਾਈ ਨੋਰਮਲ ਦੇ ਨਾਲੋਂ 3 ਤੋਂ 4 ਫੁੱਟ ਉੱਚੀ ਹੋਊਗੀ, ਅਤੇ ਜਿਹੜੀਆਂ ਇਹ ਬਾਫੀ ਤਬਾਹਕੁਨ ਹੋਣਗੀਆਂ, ਅਤੇ ਅਗਲੇ 10 ਸਾਲ ਉਹ ਕਹਿੰਦੇ ਵੀ ਇਹ ਸਿਲਸਿਲਾ ਜਿਹੜਾ ਆ ਚੱਲਦਾ ਰਹੂਗਾ। ਸੋ ਨਾਸਾ ਦਾ ਇਹ ਅਧਿਐਨ ਜਿਹੜਾ ਆ ਅਨੈਲਿਸਿਸ ਆ ਕਲਾਈਮੇਟ ਚੇਂਜ ਆਧਾਰਿਤ ਉਹਨਾਂ ਦੇ ਰਸਾਲੇ ਨੇਚਰ ਦੇ ਵਿੱਚ ਜਿਹੜਾ ਇੱਕ ਰਿਪੋਰਟ ਵਜੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਆਪਾਂ ਗੱਲ ਕਰਦੇ ਹਾਂ ਕਿਸਾਨ ਮੋਰਚੇ ਦੀ। ਕਿਸਾਨ ਮੋਰਚਾ ਲਗਾਤਾਰ ਜਾਰੀ ਆ, 8 ਮਹੀਨੇ ਹੋਣ ਜਾ ਰਹੇ ਆ। ਇਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਪਤਾ ਚੱਲਦੀਆਂ ਰਹਿੰਦੀਆਂ। ਪੰਜਾਬ ਵਿਧਾਨ ਸਭਾ ਦੇ ਬਾਰੇ ਆਪਾਂ ਪਹਿਲਾਂ ਵੀ ਕਿਹਾ ਸੀ ਵੀ ਜਦੋਂ ਚੋਣਾਂ ਆਉਣੀਆਂ ਆ ਇਹਨੇ ਓਵਰਸ਼ੈਡੋ ਕਰ ਜਾਣਾ ਕਿਸਾਨ ਮੋਰਚੇ ਨੂੰ, ਅਤੇ ਉਹੀ ਗੱਲ ਜਿਹੜੀ ਆ ਹੋ ਰਹੀ ਆ। ਲੋਕਾਂ ਦਾ ਧਿਆਨ ਜਿਹੜਾ ਆ ਵਿਧਾਨ ਸਭਾ ਚੋਣਾਂ ਵੱਲ ਜ਼ਿਆਦਾ ਹੋ ਗਿਆ ਆ, ਕਿਸਾਨ ਮੋਰਚੇ ਪ੍ਰਤੀ ਉਹ ਗੱਲ ਜਿਹੜੀ ਹੈ ਨਹੀਂ ਜਿਹਦੇ ਵਿੱਚ ਵੱਡੀ ਪੱਧਰ ਦੇ ਵਾਸਤੇ ਲੀਡਰਸ਼ਿਪ ਖੁਦ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ ਹੈਗੀ ਆ। ਲੋਕ ਜਿਹੜੇ ਪ੍ਰੋਗਰਾਮ ਚਾਹੁੰਦੇ ਸੀਗੇ ਉਹ ਦੇ ਨਹੀਂ ਸਕੀ ਲੀਡਰਸ਼ਿਪ। ਮਸਲਾ ਜਿਹੜਾ ਹੌਲੀ ਹੌਲੀ ਠੰਡਾ ਠੰਡਾ ਹੁੰਦਾ ਜ਼ਿਆਦਾ ਹੀ ਠੰਡਾ ਹੋ ਗਿਆ ਆ। ਹੁਣ ਲੀਡਰਸ਼ਿਪ ਵੱਲੋਂ ਕੁਝ ਹਫ਼ਤੇ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਸੰਬੰਧਿਤ ਨੌਜਵਾਨ ਨਵਦੀਪ ਨੂੰ ਜਿਹੜਾ ਮੁਅੱਤਲ ਕੀਤਾ ਗਿਆ ਸੀ, ਜਿਹੜਾ ਕਿ ਹਰਿਆਣਾ ਨਾਲ ਸੰਬੰਧਿਤ ਆ, ਜਿਹਦਾ ਕਿ ਜਲ ਤੋਪ ਬੰਦ ਕਰਨ ਦੇ ਮਾਮਲੇ ਵਿੱਚ ਬੜਾ ਚਰਚਾ ਦੇ ਵਿੱਚ ਆਇਆ ਸੀਗਾ ਜਦੋਂ ਪੰਜਾਬ ਅਤੇ ਹਰਿਆਣਾ ਜਿਹੜਾ ਚੜ੍ਹ ਕੇ ਦਿੱਲੀ ਦੇ ਉੱਤੇ ਪਹੁੰਚਿਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਹੰਗਾਮੀ ਮੁਲਾਕਾਤ ਕਰਕੇ ਮੀਟਿੰਗ ਕਰਕੇ ਹਰਿਆਣਾ ਦੇ ਜਿਹੜੇ ਕਿਸਾਨ ਆਗੂ ਸਰਦਾਰ ਗੁਰਨਾਮ ਸਿੰਘ ਚੜ੍ਹਾਉਣੀ ਆ ਉਹਨਾਂ ਨੂੰ ਇੱਕ ਹਫ਼ਤੇ ਦੇ ਵਾਸਤੇ ਸਸਪੈਂਡ ਕਰ ਦਿੱਤਾ ਆ, ਮੁਅੱਤਲ ਕਰ ਦਿੱਤਾ ਆ। ਮੀਟਿੰਗ ਵਿੱਚ ਜੋ ਫੈਸਲੇ ਲਏ ਗਏ ਉਹਨਾਂ ਦੇ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸਰਦਾਰ ਬਲਵੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਚਲੂਨੀ ਉਹਨਾਂ ਨੂੰ ਮੁਅੱਤਲ ਇੱਕ ਹਫ਼ਤੇ ਲਈ ਕੀਤਾ ਗਿਆ ਹੈ ਅਤੇ ਇੱਕ ਹਫ਼ਤਾ ਉਹ ਮੀਟਿੰਗਾਂ 'ਚ ਸ਼ਾਮਿਲ ਨਹੀਂ ਹੋ ਸਕਦੇ, ਕਿਸੇ ਸਟੇਜ 'ਤੇ ਨਹੀਂ ਚੜ੍ਹ ਸਕਦੇ। ਕਿਸਾਨ ਮੋਰਚੇ ਵੱਲੋਂ ਕਿਸਾਨ ਆਗੂਆਂ ਵੱਲੋਂ ਕੋਈ ਬਿਆਨਬਾਜ਼ੀ ਜਿਹੜੀ ਆ ਜਾਂ ਕੋਈ ਪ੍ਰੈਸ ਦੇ ਨਾਲ ਇੰਟਰਵਿਊ ਆ ਉਹ ਨਹੀਂ ਕਰ ਸਕਦੇ। ਚਲੂਨੀ ਉਹਨਾਂ 'ਤੇ ਦੋਸ਼ ਇਹ ਲਾਏ ਗਏ ਆ ਕਿ ਉਹਨਾਂ ਨੇ ਪੰਜਾਬ ਦਾ ਨਾਰਾ ਦੇ ਕੇ 2022 ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਲੜਨ ਦੀ ਜਿਹੜੀ ਗੱਲ ਆ ਕਿਸਾਨ ਲੀਡਰਸ਼ਿਪ ਵੱਲੋਂ ਬੜੀ ਚੱਕੀ ਆ। ਉਹ ਕਹਿੰਦੇ ਅੱਡ ਅੱਡ ਇੰਟਰਵਿਊਜ਼ ਦੇ ਵਿੱਚ ਅੱਡ ਅੱਡ ਗੱਲਾਂ ਬਾਤਾਂ ਦੇ ਵਿੱਚ ਚਲੂਨੀ ਜਿਹੜੇ ਆ ਉਹ ਇਹ ਗੱਲ ਕਰਦੇ ਆ ਰਹੇ ਆ, ਪਰ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ ਰਾਜੇਵਾਲ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸਾਨ ਇੱਥੇ ਆਪਣੀਆਂ ਮੰਗਾਂ ਮਨਵਾਉਣ ਆਏ ਆ, ਅਸੀਂ ਇੱਥੇ ਚੋਣਾਂ ਲੜਨ ਜਿਹੜਾ ਉਹ ਨਹੀਂ ਆਏ। ਆਪਾਂ ਅੱਗੇ ਵੀ ਗੱਲ ਕੀਤੀ ਸੀਗੀ ਕਿ ਕਿਸਾਨ ਜਥੇਬੰਦੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਦੁਬਿਧਾ ਪਾਈ ਜਾ ਰਹੀ ਆ। ਕੁਝ ਜਥੇਬੰਦੀਆਂ ਜਿਹੜੀਆਂ ਚਾਹੁੰਦੀਆਂ ਵੀ ਲੋਕ ਵੀ ਚਾਹੁੰਦੇ ਆ ਕਿ ਕਿਸਾਨ ਆਗੂ ਜਿਹੜੇ ਆ ਉਹ ਜਾਂ ਕਿਸਾਨ ਜਥੇਬੰਦੀਆਂ ਚੋਣਾਂ ਲੜਨ ਤਾਂ ਕਿ ਸਿਆਸਤ ਦੇ ਵਿੱਚ ਵੜ ਕੇ ਜਿਹੜਾ ਕੋਈ ਸੁਧਾਰ ਹੋ ਸਕੇ। ਦੂਜੇ ਪਾਸੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਅਜਿਹੀਆਂ ਆ ਉਹ ਕਹਿੰਦੇ ਵੀ ਇਹ ਗੱਲ ਗਲਤ ਹੈਗੀ ਆ, ਜੇ ਆਪਾਂ ਇੱਦਾਂ ਚੋਣਾਂ ਲੜਾਂਗੇ ਤਾਂ ਫਿਰ ਲੋਕ ਆਪਣੇ 'ਤੇ ਯਕੀਨ ਨਹੀਂ ਕਰਨਗੇ। ਲੋਕ ਇਹ ਵੀ ਕਹਿ ਰਹੇ ਆ ਕਿ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਚੋਣਾਂ ਲੜਨੀਆਂ ਚਾਹੁੰਦੇ ਆ, ਪਰ ਕਿਸਾਨ ਆਗੂ ਇਸ ਕਰਕੇ ਚੋਣਾਂ ਨਹੀਂ ਲੜ ਰਿਹਾ ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਪਿੱਛੋਂ ਰਾਜਸੀ ਪਾਰਟੀਆਂ ਦਾ ਜਿਹੜਾ ਆ ਸਮਰਥਨ ਆ, ਅਤੇ ਜੇ ਉਹ ਖੁਦ ਹੀ ਚੋਣਾਂ ਲੜਨ ਲੱਗ ਪਏ ਜਿਹੜੀਆਂ ਪਿੱਛੋਂ ਸਿਆਸੀ ਪਾਰਟੀਆਂ ਦਾ ਸਮਰਥਨ ਆ ਉਹ ਨਹੀਂ ਰਹਿਣਾ ਹੈਗਾ, ਉੱਧਰੋਂ ਤੋੜ ਵਿਛੋੜਾ ਜਿਹੜਾ ਉਹ ਕਰਨਾ ਪੈਣਾ ਆ। ਹੁਣ ਸਰਦਾਰ ਰਾਜੇਵਾਲ ਹੁਣ ਇਹ ਕਹਿੰਦੇ ਆ, ਉਹਨਾਂ ਨੇ ਦੋਸ਼ ਲਾਇਆ ਚਲੂਨੀ ਉਹਨਾਂ ਦੇ ਉੱਤੇ ਕਿ ਚਲੂਨੀ ਉਹਨਾਂ ਨੂੰ ਕਈ ਵਾਰੀ ਤਾੜਨਾ ਕੀਤੀ ਗਈ ਸੀਗੀ ਕਿ ਉਹ ਸਿਆਸੀ ਕਿਸਮ ਦੀ ਬਿਆਨਬਾਜ਼ੀ ਤੋਂ ਪਰਹੇਜ਼ ਕਰਨ, ਬਾਹਰ ਜਾ ਕੇ ਗੱਲਾਂ ਜਿਹੜੀਆਂ ਨਾ ਕਰਨ ਕਿ ਕਿਸਾਨਾਂ ਨੇ ਚੋਣਾਂ ਲੜਨੀਆਂ ਜਾਂ ਨਹੀਂ ਲੜਨੀਆਂ, ਅਸੀਂ ਕਹਿੰਦੇ ਮਤਾ ਪਾ ਕੇ ਦੱਸ ਦਿਆਂਗੇ। ਕੋਲੋਂ ਹੀ ਜਿਹੜੀਆਂ ਗੱਲਾਂ ਕਰੀ ਜਾਣੀਆਂ ਇਹ ਗੁੰਮਰਾਹ ਕੌਣ ਆ? ਉਹ ਕਹਿੰਦੇ ਕਿਸਾਨਾਂ ਨੂੰ, ਕਿਸਾਨ ਆਗੂਆਂ ਨੂੰ ਉਹ ਕਿਸਾ ਰਹੇ ਸੀਗੇ, ਚਲੂਨੀ ਉਹਨਾਂ 'ਤੇ ਇਹ ਦੋਸ਼ ਰਾਜੇਵਾਲ ਉਹਨਾਂ ਨੇ ਲਾਏ ਆ, ਉਹ ਕਿਸਾ ਰਹੇ ਸੀ, ਕਹਿੰਦੇ ਇਸ ਕਰਕੇ ਉਹਨਾਂ ਨੂੰ ਮੁਅੱਤਲ ਜਿਹੜਾ ਆ ਉਹ ਕੀਤਾ ਗਿਆ ਹੈ। ਅਤੇ ਸਰਬਸੰਮਤੀ ਦੇ ਨਾਲ ਇਹ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ, ਕਿਉਂਕਿ ਜਿਹੜੀਆਂ ਉਹਨਾਂ ਨੂੰ ਚੇਤਾਵਨੀਆਂ ਦਿੱਤੀਆਂ ਗਈਆਂ ਸੀਗੀਆਂ ਉਹਨਾਂ ਨੂੰ ਉਹਨਾਂ ਨੇ ਗੰਭੀਰਤਾ ਦੇ ਨਾਲ ਲਿਆ ਨਹੀਂ, ਅਤੇ ਇਹਨੂੰ ਚੇਤਾਵਨੀਆਂ ਨੂੰ ਲੰਘ ਕੇ ਵੀ ਬਿਆਨਬਾਜ਼ੀ ਜਿਹੜੀ ਇਸ ਸੰਬੰਧੀ ਉਹ ਕਰਦੇ ਰਹੇ ਆ। ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਕਿਸਾਨ ਆਗੂਆਂ ਦੀ, ਕਿਸਾਨ ਮੋਰਚੇ ਦੀ, ਤਾਂ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਆ ਉਹ ਮੋਹਰੀ ਹੋ ਰਹੇ ਆ। ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਆ ਉਹ ਮਤੇ ਪਾ ਰਹੀਆਂ ਕਿ ਐਤਕੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਮੰਗਣ ਦੇ ਵਾਸਤੇ ਜਾਂ ਪ੍ਰਚਾਰ ਕਰਨ ਦੇ ਵਾਸਤੇ ਸਿਆਸੀ ਆਗੂ ਜਿਹੜੇ ਆ ਪਿੰਡਾਂ 'ਚ ਨਹੀਂ ਵੜ ਸਕਦੇ। ਹੁਣ ਇਹਦੇ ਬਾਰੇ ਵੀ ਦੋ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਆ। ਬਹੁਤੇ ਪਿੰਡ ਦਾ ਇਹੋ ਜਿਹਾ ਜਿਨ੍ਹਾਂ ਨੇ ਇਹ ਮਤਾ ਪਾਇਆ ਆ ਵੀ ਕੋਈ ਵੀ ਸਿਆਸੀ ਆਗੂ ਸਾਡੇ ਪਿੰਡ 'ਚ ਨਹੀਂ ਵੜ ਸਕਦਾ, ਕਿਉਂਕਿ ਸਾਰੇ ਜਿਹੜੇ ਆ ਉਹ ਰਲੇ ਮਿਲੇ ਆ, ਹਮਾਮ 'ਚ ਸਾਰੇ ਨੰਗੇ ਆ, ਸਾਰਿਆਂ ਨੇ ਕਿਸਾਨ ਮੋਰਚੇ ਦੀ ਪਿੱਠ 'ਚ ਛੁਰੇ ਮਾਰੇ ਆ, ਕੋਈ ਸਾਥ ਨਹੀਂ ਦਿੱਤਾ। ਪਰ ਕੁਝ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਉਹ ਇਹ ਕਹਿ ਰਹੀਆਂ ਜਾਂ ਕੁਝ ਕਿਸਾਨ ਆਗੂ ਵੀ ਦੱਬੀ ਆਵਾਜ਼ 'ਚ ਇਹ ਕਹਿ ਰਹੇ ਆ ਕਿ ਭਾਜਪਾ ਦਾ ਵਿਰੋਧ ਕਰੋ ਇਕੱਲੀ ਦਾ, ਬਾਕੀ ਜਿਹੜੀਆਂ ਆ ਪਾਰਟੀਆਂ ਆ ਉਹਨਾਂ ਨੂੰ ਆਉਣ ਦਿਓ, ਉਹਨਾਂ ਦਾ ਵਿਰੋਧ ਨਾ ਕਰੋ, ਪਰ ਉਹਨੂੰ ਇਕੱਠੇ ਕਰਕੇ ਸਵਾਲ ਜ਼ਰੂਰ ਪੁੱਛੋ ਵੀ ਤੁਸੀਂ ਸਾਡੇ ਲਈ ਕੀ ਕੀਤਾ। ਸੋ ਇਹ ਦੋ ਤਰ੍ਹਾਂ ਦੀ ਨੀਤੀ ਜਿਹੜੀ ਅਪਣਾਈ ਜਾ ਰਹੀ ਆ। ਕੁਝ ਪਿੰਡਾਂ ਦੇ ਵਿੱਚ ਇਕੱਲੀ ਭਾਜਪਾ ਦਾ ਵਿਰੋਧ ਹੋ ਰਿਹਾ, ਕੁਝ ਪਿੰਡਾਂ ਦੇ ਵਿੱਚ ਪੱਕੇ ਤੌਰ 'ਤੇ ਸਾਰੇ ਸਿਆਸੀ ਆਗੂ ਜਿਹੜੇ ਆ ਉਹ ਬੈਨ ਕਰਨ ਦਿੱਤੇ ਗਏ ਆ, ਉਹ ਕਹਿੰਦੇ ਵੀ ਰਾਜਨੀਤਿਕ ਪਾਰਟੀ ਜਿਹੜੀ ਆ ਪਿੰਡ ਦੇ ਵਿੱਚ ਬਣਨੇ ਨਹੀਂ ਦੇਣੀ ਹੈਗੀ। ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਆ ਰਿਹਾ ਬਿਜਲੀ ਸੰਕਟ ਦੀ। ਬਿਜਲੀ ਸੰਕਟ ਇੰਨਾ ਗੰਭੀਰ ਹੋ ਗਿਆ ਕਿ ਉੱਥੇ ਜਿਹੜੇ ਸਨਅਤਕਾਰ ਆ ਪੰਜਾਬ ਦੇ ਇੰਡਸਟਰੀਅਲਿਸਟ ਆ ਉਹ ਕਹਿੰਦੇ ਵੀ ਸਾਡੇ ਕੋਲ ਹੁਣ ਕੋਈ ਚਾਰਾ ਹੀ ਨਹੀਂ ਰਿਹਾ
ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਸਨਅਤਾਂ ਪਹਿਲਾਂ ਹੀ ਵੱਡੀ ਪੱਧਰ ਦੇ ਉੱਤੇ ਮੂਵ ਹੋ ਚੁੱਕੀਆਂ, ਚਾਹੇ ਉਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਵਿੱਚ ਫਾਰਮੇਸੀਆਂ ਸੀਗੀਆਂ, ਫਾਰਮਾ ਕੇਅਰ ਕੰਪਨੀਆਂ ਸੀਗੀਆਂ, ਬਟਾਲੇ ਦੇ ਵਿੱਚ, ਗਰਾਇਆਂ ਦੇ ਵਿੱਚ, ਮੰਡੀ ਗੋਬਿੰਦਗੜ੍ਹ ਦੇ ਵਿੱਚ ਲੋਹੇ ਦਾ ਕੰਮ ਸੀਗਾ, ਇਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ, ਲੁਧਿਆਣੇ ਦੇ ਵਿੱਚ ਜਿਹੜੀ ਇੰਡਸਟਰੀ ਸੀਗੀ, ਲੁਧਿਆਣਾ ਤਾਂ ਬਿਲਕੁਲ ਹੱਬ ਸੀ ਹੈ ਨਾ, ਜਿੱਥੇ ਕਿ ਸਾਈਕਲ ਜਿਹੜੀ ਇੰਡਸਟਰੀ ਸੀਗੀ, ਸਾਈਕਲ ਪਾਰਟ ਬਣਦੇ ਸੀਗੇ, ਟੈਕਸਟਾਈਲ, ਯਾਰਨ, ਉੱਨ ਦਾ ਕੰਮ ਬਹੁਤ ਹੁੰਦਾ ਸੀਗਾ, ਡਾਈ ਜੀ ਉਹਨਾਂ ਨੇ ਬਹੁਤ ਵੱਡੀ ਪੱਧਰ 'ਤੇ ਸੀ, ਕੱਪੜਾ ਪੂਰੀ ਦੁਨੀਆਂ ਦੇ ਵਿੱਚ ਜਿਹੜਾ ਉੱਥੋਂ ਭੇਜਿਆ ਜਾਂਦਾ ਸੀ, ਸਟੀਲ ਪਾਰਟਸ, ਬਾਲ ਬੇਅਰਿੰਗਸ ਵਗੈਰਾ ਬਹੁਤ ਵੱਡਾ ਕੰਮ ਸੀ, ਜਿਹੜਾ ਕਿ ਉੱਥੋਂ ਬਹੁਤ ਵੱਡੀ ਪੱਧਰ ਦੇ ਉੱਤੇ ਉੱਜੜ ਚੁੱਕਾ ਆ, ਕੁਛ ਪਰਸੈਂਟ ਜਿਹੜਾ ਕੰਮ ਇੱਥੇ ਚੱਲ ਰਿਹਾ ਆ। ਹੁਣ ਬਿਜਲੀ ਦੇ ਹਾਲਾਤ ਪੰਜਾਬ ਦੇ ਵਿੱਚ ਅਜਿਹੇ ਬਣੇ ਹੋਏ ਆ ਕਿ ਬਿਜਲੀ ਆ ਨਹੀਂ ਰਹੀ, ਤਾਂ ਇੰਡਸਟਰੀਅਲ ਕਹਿੰਦੇ ਵੀ ਜਦੋਂ ਬਿਜਲੀ ਨਹੀਂ ਆਉਣੀ, ਅਸੀਂ ਕੰਮ ਚਲਾਉਣਾ ਕਾਹਦੇ ਨਾਲ ਆ, ਸਾਡੇ ਜਿਹੜੀ ਮਜ਼ਦੂਰ ਆ ਵਿਹਲੇ ਬੈਠੇ ਆ, ਅਤੇ ਅਸੀਂ ਵਿਹਲੇ ਬੈਠੇ ਉਹਨਾਂ ਨੂੰ ਤਨਖਾਹ ਨਹੀਂ ਦੇ ਸਕਦੇ। ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਲਗਭਗ ਸਾਰੀਆਂ ਹੀ ਗੱਲਾਂ 'ਚ ਫੇਲ ਹੋਏ ਆ, ਉਹਨਾਂ ਨੇ ਨਸ਼ਾ ਚੱਕ ਖਾਤਮ ਕਰਨ ਦੀ ਜਿਹੜੀ ਆ ਸਹੁੰ ਚੱਕੀ, ਉਹ ਨਹੀਂ ਖਤਮ ਹੋਇਆ। ਉਹਨਾਂ ਨੇ ਘਰ ਘਰ ਨੌਕਰੀ ਦੇਣ ਦੀ ਗੱਲ ਕਹੀ, ਉਹ ਨਹੀਂ ਪੂਰੀ ਹੋਈ। ਸਮਾਰਟਫੋਨ ਦੇਣ ਦਾ ਵਾਅਦਾ ਕੀਤਾ, ਉਹ ਨਹੀਂ ਪੂਰਾ ਹੋਇਆ। ਬੇਅਦਬੀ ਮਾਮਲੇ ਦੋਸ਼ੀਆਂ ਨੂੰ ਅੰਦਰ ਦੇਣ ਦੀ ਗੱਲ ਕਹੀ, ਉਹ ਨਹੀਂ ਪੂਰਾ ਹੋਇਆ। ਅਤੇ ਆਹ ਗੱਲ ਜਿਹੜੀ ਉਹਨਾਂ ਨੇ ਕਹੀ ਸੀਗੀ ਕਿ ਦੇਖੋ ਜੀ, ਇੱਥੇ ਲੋਕ ਬਾਹਰੋਂ ਆ ਕੇ ਇੰਡਸਟਰੀਆਂ ਲਾਉਣਗੇ, ਮਨਪ੍ਰੀਤ ਬਾਦਲ ਨੇ ਅਤੇ ਕੈਪਟਨ ਅਮਰਿੰਦਰ ਸਿੰਘ ਨੇ, ਉਹ ਵੀ ਇੱਕ ਫੋਕਾ ਫੈਂਟਰ ਜਿਹੜਾ ਆ ਉਹ ਸਾਬਤ ਹੋਇਆ ਆ। ਬਾਹਰੋਂ ਤਾਂ ਇੰਡਸਟਰੀ ਕੀ ਆਉਣੀ ਸੀ, ਪੰਜਾਬ ਦੇ ਵਿੱਚ ਜਿਹੜੀ ਮਾੜੀ ਮੋਟੀ ਇੰਡਸਟਰੀ ਬਚੀ ਸੀਗੀ ਉਹ ਵੀ ਬਾਹਰ ਜਾਣ ਲਈ ਤਿਆਰ ਬੈਠੀ ਆ। ਉਸ ਵੇਲੇ ਜਦੋਂ ਕਿ ਪੰਜਾਬ ਦੇ ਇੰਡਸਟਰੀ ਲਈ ਇਹ ਸੋਚ ਰਹੇ ਆ, ਤਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਉਹਨਾਂ ਨੂੰ ਲਾਲਚ ਦੇ ਰਹੇ ਆ। ਬਕਾਇਦਾ ਉਹਨਾਂ ਨੇ ਇੱਕ ਮੀਟਿੰਗ ਜਿਹੜੀ ਆ ਲੁਧਿਆਣੇ ਦੇ ਸਨਅਤਕਾਰਾਂ ਨਾਲ ਕੀਤੀ ਹੈ, ਤਾਂ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਆਵੋ, ਅਸੀਂ ਤੁਹਾਨੂੰ ਸਸਤੀ ਜ਼ਮੀਨ, ਸਬਸਿਡੀਆਂ, ਫੈਕਟਰੀਆਂ ਲਾਉਣ ਦੇ ਵਾਸਤੇ ਸਬਸਿਡੀਆਂ, ਨਾਲ ਦੀ ਨਾਲ ਜਿਹੜੀ ਆ ਉਹ 24 ਘੰਟੇ ਨਿਰਵਿਘਨ ਬਿਜਲੀ ਜਿਹੜੀ ਆ ਉਹ ਦੇਣ ਦਾ ਵਾਅਦਾ ਕਰਦੇ ਹਾਂ। ਸੋ ਪੰਜਾਬ ਦੀ ਜਿਹੜੀ ਮਾੜੀ ਮੋਟੀ ਬਚੀ ਹੋਈ ਇੰਡਸਟਰੀ ਆ ਉਹਨੂੰ ਵੀ ਪੰਜਾਬ ਤੋਂ ਬਾਹਰ ਲਿਜਾਣ ਦੇ ਜਿਹੜੇ ਮਨਸੂਬੇ ਆਲਮੋਸਟ ਬਣ ਚੁੱਕੇ ਆ, ਜਿਹਦੇ 'ਚ ਵੱਡਾ ਕਸੂਰ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਦਿਖਾਈ ਦੇ ਰਿਹਾ ਆ। ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਅਨਮੋਲ ਗਗਨ ਮਾਨ, ਆਮ ਆਦਮੀ ਪਾਰਟੀ ਦੀ ਆਗੂ ਆ, ਉਹਦੇ ਖਿਲਾਫ਼ ਬਹੁਜਨ ਸਮਾਜ ਪਾਰਟੀ ਨੇ ਮੋਰਚਾ ਜਿਹੜਾ ਆ ਉਹ ਵੱਢ ਦਿੱਤਾ ਆ। ਬਹੁਜਨ ਸਮਾਜ ਪਾਰਟੀ ਦੇ ਜਿਹੜੇ ਆਗੂ ਨੇ ਸਰਦਾਰ ਜਸਵੀਰ ਸਿੰਘ ਗੜ੍ਹੀ, ਉਹ ਕਹਿੰਦੇ ਵੀ ਆਮ ਆਦਮੀ ਪਾਰਟੀ ਦੀ ਸੂਬਾ ਪੱਧਰੀ ਆਗੂ ਅਤੇ ਯੂਥ ਵਿੰਗ ਦੀ ਸਹਿ ਕੋਆਰਡੀਨੇਟਰ ਅਨਮੋਲ ਗਗਨ ਮਾਨ ਨੇ ਸੰਵਿਧਾਨ ਦੇ ਵੱਲ ਟਿੱਪਣੀਆਂ ਕੀਤੀਆਂ ਆ, ਅਤੇ ਸੰਵਿਧਾਨ ਦੇ ਵੱਲ ਜਦੋਂ ਟਿੱਪਣੀਆਂ ਹੋਈਆਂ ਤਾਂ ਸਮਝ ਲਓ ਡਾਕਟਰ ਅੰਬੇਦਕਰ ਦੀ ਬੇਇੱਜ਼ਤੀ ਕੀਤੀ ਆ। ਇਸ ਕਰਕੇ ਅਸੀਂ ਅਨਮੋਲ ਗਗਨ ਮਾਨ ਜਿਹੜੀ ਆ ਉਹਦੇ ਪ੍ਰਤੀ ਬੜਾ ਗੁੱਸਾ ਰੱਖਦੇ ਹਾਂ ਅਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਵਿਰੋਧ ਕਰਾਂਗੇ। ਉਹਨਾਂ ਨੇ ਮੰਗ ਕੀਤੀ ਆ ਕਿ ਅਨਮੋਲ ਗਗਨ ਮਾਨ ਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਉਹ ਦਰਜ ਕੀਤਾ ਜਾਵੇ ਅਤੇ ਆਮ ਆਦਮੀ ਪਾਰਟੀ ਦੀ ਇਸ ਬੜਬੋਲੀ ਆਗੂ ਨੂੰ ਬਰਖਾਸਤ ਕੀਤਾ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਅਨਮੋਲ ਗਗਨ ਮਾਨ ਨੇ ਸੰਵਿਧਾਨ ਪ੍ਰਤੀ ਟਿੱਪਣੀਆਂ ਕਰਕੇ ਦਲਿਤਾਂ ਦਾ ਅਪਮਾਨ ਕੀਤਾ ਜੋ ਕਿ ਸਾਡੇ ਲਈ ਬਰਦਾਸ਼ਤ ਤੋਂ ਬਾਹਰ ਹੈਗਾ ਹੈ ਜੀ। ਸੋ ਕਹਿੰਦੇ ਵੀ ਜੇ ਇਹਨਾਂ ਨੇ ਅਨਮੋਲ ਗਗਨ ਮਾਨ ਨੂੰ ਬਾਹਰ ਨਾ ਕੀਤਾ ਪਾਰਟੀ ਤੋਂ, ਤਾਂ ਅਸੀਂ ਪਹਿਲਾਂ ਤਾਂ ਅਨਮੋਲ ਗਗਨ ਮਾਨ ਦਾ ਜਿਹੜਾ ਆ ਉਹਦੇ ਪੁਤਲੇ ਫੂਕਾਂਗੇ 117 ਵਿਧਾਨ ਸਭਾ ਹਲਕਿਆਂ 'ਚ 15 ਜੁਲਾਈ ਨੂੰ। ਜੇ ਫਿਰ ਵੀ ਗੱਲ ਨਾ ਬਣੀ ਤਾਂ ਜਿਹੜੇ ਉਹਨਾਂ ਦੇ ਸੂਬਾ ਪੱਧਰੀ ਆਗੂ ਭਗਵੰਤ ਮਾਨ ਆ ਉਹਨਾਂ ਦੀ ਸੰਗਰੂਰ ਵਾਲੀ ਰਿਹਾਇਸ਼ ਜਿਹੜੀ ਆ ਉਹ 20 ਜੁਲਾਈ ਨੂੰ ਜਿਹੜਾ ਆ ਘੇਰੀ ਜਾਊਗੀ। ਹੁਣ ਪਤਾ ਲੱਗ ਰਿਹਾ ਆ ਕਿ ਅਨਮੋਲ ਗਗਨ ਮਾਨ ਨੇ ਇਸ ਮਾਮਲੇ ਵਿੱਚ ਮਾਫ਼ੀ ਮੰਗੀ ਆ ਕਿ ਮੇਰੀ ਕਹੀ ਗੱਲ ਦੇ ਅਰਥ ਜਿਹੜੇ ਆ ਉਹ ਗਲਤ ਕੱਢੇ ਗਏ ਆ। ਮੈਂ ਕੋਈ ਅਨਮੋਲ ਗਗਨ ਮਾਨ ਦਾ ਵਕੀਲ ਨਹੀਂ, ਨਾ ਮੈਂ ਉਹਦਾ ਕੋਈ ਸਮਰਥਕ ਆ, ਪਰ ਇਸ ਮਾਮਲੇ ਨੂੰ ਸਮਝਣਾ ਚਾਹੁੰਦਾ ਹਾਂ ਜਾਂ ਇਸ ਦੇ ਉੱਤੇ ਗੱਲ ਕਰਨੀ ਚਾਹੁੰਦਾ ਕਿ ਕਿਵੇਂ ਜਿਹੜੇ ਦਲਿਤ ਆਗੂ ਆ ਦਲਿਤਾਂ ਨੂੰ ਗੁੰਮਰਾਹ ਕਰ ਰਿਹਾ ਇਸ ਮਾਮਲੇ ਵਿੱਚ। ਸੰਵਿਧਾਨ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਜਿਵੇਂ ਕੋਈ ਉਹ ਧਾਰਮਿਕ ਗ੍ਰੰਥ ਹੋਵੇ, ਉਹਦੇ ਉੱਤੇ ਕੋਈ ਗੱਲ ਜਿਹੜੀ ਉਹ ਨਹੀਂ ਹੋ ਸਕਦੀ। ਜਦੋਂ ਵੀ ਕੋਈ ਸੰਵਿਧਾਨ ਦੇ ਉੱਤੇ ਕਿੰਤੂ ਕਰਦਾ ਤਾਂ ਉਹ ਸਿੱਧਾ ਹੀ ਉਹਨੂੰ ਡਾਕਟਰ ਅੰਬੇਦਕਰ ਦਾ ਅਪਮਾਨ ਜਿਹੜਾ ਆ ਉਹ ਸਮਝ ਲਿਆ ਜਾਂਦਾ ਆ, ਜਾਂ ਲੋਕਾਂ ਦੇ ਮਨਾਂ ਵਿੱਚ ਗੱਲ ਪਾਈ ਜਾਂਦੀ ਆ ਲੀਡਰਾਂ ਵੱਲੋਂ, ਦਲਿਤਾਂ ਦੇ ਵੱਲੋਂ ਕਿ ਦੇਖੋ ਜੀ ਇਹਦਾ ਡਾਕਟਰ ਅੰਬੇਦਕਰ ਦਾ ਜਿਹੜਾ ਅਪਮਾਨ ਕਰ ਰਹੇ ਆ, ਜਦੋਂ ਕਿ ਡਾਕਟਰ ਅੰਬੇਦਕਰ ਆ ਦਲਿਤਾਂ ਦੇ ਆਗੂ ਆ, ਬਹੁਤ ਹੀ ਸਤਿਕਾਰਯੋਗ ਆ ਸਾਰਿਆਂ ਦੇ ਵਾਸਤੇ, ਉਹਨਾਂ ਨੇ ਬਹੁਤ ਚੰਗਾ ਸੁਸਾਇਟੀ ਦੇ ਵਾਸਤੇ ਕੀਤਾ ਹੋਇਆ, ਪਰ ਇਸ ਤਰ੍ਹਾਂ ਗੱਲ ਭੜਕਾ ਲਈ ਜਾਂਦੀ ਆ। ਹੁਣ ਇਹਦੇ ਵਿੱਚ ਦੋਹਰੇ ਮਾਪਦੰਡ ਜਿਹੜੇ ਅਪਣਾਏ ਜਾ ਰਹੇ ਆ। ਅਨਮੋਲ ਗਗਨ ਮਾਨ ਦਾ ਜਿਹੜਾ ਆਡੀਓ ਕਲਿੱਪ ਆ, ਵੀਡੀਓ ਕਲਿੱਪ ਆ, ਉਹਦੇ ਵਿੱਚ 1 ਮਿੰਟ ਤੋਂ ਘੱਟ ਦੀ ਗੱਲਬਾਤ ਆ, ਉਹਦੇ ਵਿੱਚ ਉਹ ਸੰਵਿਧਾਨ ਦੀ ਗੱਲ ਇਹ ਕਹਿੰਦਿਆਂ ਕਰ ਰਹੀ ਆ ਕਿ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਲਈ ਹੋਰ ਜ਼ਿੰਮੇਵਾਰੀਆਂ ਜਿਹੜੀਆਂ ਆ ਅਤੇ ਹੋਰ ਪਾਬੰਦੀਆਂ ਲੱਗਣੀਆਂ ਚਾਹੀਦੀਆਂ, ਜਿਵੇਂ ਕਿ ਸਰਕਾਰੀ ਮੁਲਾਜ਼ਮ ਸੰਵਿਧਾਨ ਦੇ ਪਾਬੰਦ ਹੁੰਦੇ ਆ, ਕਾਨੂੰਨ ਦੇ ਪਾਬੰਦ ਹੁੰਦੇ ਆ, ਇਸੇ ਤਰ੍ਹਾਂ ਇਹਨਾਂ ਨੂੰ ਵੀ ਜਿਹੜੇ ਆਗੂ, ਸਿਆਸੀ ਆਗੂ ਆ, ਹੋਣਾ ਚਾਹੀਦਾ ਆ। ਉਸ ਗੱਲ ਨੂੰ ਜਿਹੜਾ ਆ ਭੜਕਾ ਕੇ ਕੁਛ ਲੋਕ ਜਿਹੜੇ ਆ ਉਹਦੇ ਮਗਰ ਹੱਥ ਧੋ ਕੇ ਪੈ ਗਏ ਆ, ਅਤੇ ਵਿਰੋਧ ਕਰਨ ਵਾਲੇ ਹਾਸੇ ਹੋਣੀ ਗੱਲ ਇਹ ਆ ਲੋਕ ਉਹ ਆ ਜ਼ਿਆਦੇ ਜਿਹਨਾਂ ਨੇ ਅਕਾਲੀ ਦਲ ਦੇ ਨਾਲ ਗੱਠਜੋੜ ਕੀਤਾ ਆ। ਹੁਣ ਅਕਾਲੀ ਦਲ ਕੌਣ ਆ? ਜਿਹਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚਲਾਉਂਦੇ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੌਣ ਆ? ਜਿਨ੍ਹਾਂ ਨੇ ਖੁਦ ਸੰਵਿਧਾਨ ਦੀਆਂ ਕਾਪੀਆਂ ਪਾੜੀਆਂ ਹੋਈਆਂ ਆ। ਸੋ ਅਨਮੋਲ ਗਗਨ ਮਾਨ ਸੰਵਿਧਾਨ ਬਾਰੇ ਕੁਛ ਕਹੇ ਤਾਂ ਮਨਜ਼ੂਰ ਨਹੀਂ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਸੰਵਿਧਾਨ ਦੀਆਂ ਕਾਪੀਆਂ ਪਾੜੀਆਂ ਆ ਉਹ ਮਨਜ਼ੂਰ ਆ। ਅਤੇ ਸਭ ਤੋਂ ਵੱਡੀ ਗੱਲ ਜਿਹੜੀ ਸਮਝਣ ਵਾਲੀ ਆ ਔਨ ਰੈਕਰਡ ਆ ਕਿ ਡਾਕਟਰ ਅੰਬੇਦਕਰ ਹੁਣੀ ਖੁਦ ਆਪਣੇ ਹੱਥੀਂ ਬਣਾਏ ਸੰਵਿਧਾਨ ਦੇ ਉਲਟ
ਡਾਕਟਰ ਬੀ ਆਰ ਅੰਬੇਦਕਰ ਨੇ ਭਾਰਤੀ ਰਾਜ ਸਭਾ ਦੇ ਵਿੱਚ 2 ਸਤੰਬਰ 1953 ਨੂੰ ਬੋਲਦਿਆਂ ਇਹ ਗੱਲ ਕਹੀ ਸੀਗੀ ਕਿ ਮੇਰੇ ਦੋਸਤ ਜਿਹੜੇ ਆ ਉਹ ਜਾਣਦੇ ਆ ਕਿ ਮੈਂ ਇਹ ਸੰਵਿਧਾਨ ਜਿਹੜਾ ਘੜਿਆ ਆ ਬਣਾਇਆ ਆ, ਪਰ ਮੈਂ ਹੁਣ ਇਸ ਗੱਲ ਲਈ ਬਿਲਕੁਲ ਤਿਆਰ ਹਾਂ ਇਹ ਕਹਿਣ ਦੇ ਵਾਸਤੇ ਕਿ ਮੈਂ ਉਹ ਪਹਿਲਾ ਇਨਸਾਨ ਹੋਊਂਗਾ ਜਿਹੜਾ ਇਸ ਸੰਵਿਧਾਨ ਨੂੰ ਅੱਗ ਲਾਊਂਗਾ। ਉਹ ਕਹਿੰਦੇ ਵੀ ਮੈਂ ਇਹਨੂੰ ਚਾਹੁੰਦਾ ਨਹੀਂ ਅਤੇ ਮੈਂ ਇਸ ਕਰਕੇ ਨਹੀਂ ਚਾਹੁੰਦਾ ਕਿਉਂਕਿ ਇਹ ਕਿਸੇ ਦੇ ਵਾਸਤੇ ਸੂਟ ਨਹੀਂ ਕਰਦਾ, ਸੈੱਟ ਨਹੀਂ ਫਿੱਟ ਨਹੀਂ ਬਹਿੰਦਾ ਕਿਸੇ ਦੇ ਵਾਸਤੇ। ਸੋ ਇਹ ਗੱਲਾਂ ਖੁਦ ਡਾਕਟਰ ਅੰਬੇਦਕਰ ਨੇ ਕਹੀਆਂ ਹੋਈਆਂ ਆ ਸੰਵਿਧਾਨ ਜਲਾਉਣ ਦੀਆਂ। ਅਤੇ ਹੁਣ ਜਿਹੜੀ ਗੱਲ ਹੈ ਵੀ ਜੇ ਸੰਵਿਧਾਨ ਦੇ ਉਲਟ ਕੋਈ ਗੱਲ ਵੀ ਕਰਦਾ ਆ ਉਹਨੂੰ ਇੱਦਾਂ ਚੱਕ ਲਿਆ ਜਾਂਦਾ ਵੀ ਉਹਨੇ ਡਾਕਟਰ ਅੰਬੇਦਕਰ ਦੀ ਜਿਹੜੀ ਉਲਟ ਗੱਲ ਕੀਤੀ ਆ, ਜੋ ਕਿ ਡਾਕਟਰ ਅੰਬੇਦਕਰ ਉਹਨਾਂ ਦੀ ਇਹ ਕਹੀ ਹੋਈ ਗੱਲ ਰਾਜ ਸਭਾ ਦੇ ਰਿਕਾਰਡ ਦੇ ਉੱਤੇ ਮੌਜੂਦ ਆ। ਡਾਕਟਰ ਅੰਬੇਦਕਰ ਉਹਨਾਂ ਦੀ ਸੋਚ ਜਿਹੜੀ ਆ ਸੰਵਿਧਾਨ ਤੋਂ ਬਹੁਤ ਉੱਚੀ ਸੀਗੀ, ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਉਹਨਾਂ ਦੇ ਪ੍ਰਤੀ ਜੋ ਲੋਕਾਂ ਦਾ ਪਿਆਰ ਆ ਸਤਿਕਾਰ ਆ ਉਹਨੂੰ ਗੁੰਮਰਾਹ ਕਰਕੇ ਭੜਕਾ ਕੇ ਜਿਹੜਾ ਆ ਉਹ ਵਰਤਿਆ ਜਾ ਰਿਹਾ ਆ, ਜਦੋਂ ਕਿ ਡਾਕਟਰ ਅੰਬੇਦਕਰ ਦੀਆਂ ਕਈਆਂ ਗੱਲਾਂ ਇਹ ਦਲਿਤ ਆਗੂ ਖੁਦ ਵੀ ਮੰਨਣ ਵਾਸਤੇ ਰਾਜ਼ੀ ਨਹੀਂ। ਅਤੇ ਐਂਡ ਦੇ ਵਿੱਚ ਇਹੀ ਗੱਲ ਕਿ ਭਾਰਤੀ ਜਿਹੜਾ ਸੰਵਿਧਾਨ ਆ ਉਹਨੂੰ ਇੱਦਾਂ ਪੇਸ਼ ਕੀਤਾ ਜਾ ਰਿਹਾ ਵੀ ਜਿੱਦਾਂ ਦਲਿਤਾਂ ਦੇ ਵਾਸਤੇ ਪੂਜਣ ਯੋਗ ਕੋਈ ਚੀਜ਼ ਹੋਵੇ, ਜਦੋਂ ਕਿ ਅਸਲੀਅਤ ਇਹ ਹੈ ਕਿ ਇਸੇ ਸੰਵਿਧਾਨ ਨੂੰ ਵਰਤ ਕੇ ਭਾਰਤ ਦੇ ਵਿੱਚ ਹੁਣ ਤੱਕ ਦਲਿਤਾਂ ਦੇ ਨਾਲ ਧੱਕਾ ਹੁੰਦਾ ਆ ਰਿਹਾ, ਵਿਤਕਰੇ ਕੀਤੇ ਜਾਂਦੇ ਰਹੇ ਆ, ਹਜੇ ਤੱਕ ਦਲਿਤ ਆਗੂ ਜਿਹੜੇ ਕਈ ਆ ਉਹ ਜੇਲ੍ਹਾਂ ਦੇ ਵਿੱਚ ਰੱਖੇ ਹੋਏ ਆ, ਕੇਸ ਤੱਕ ਨਹੀਂ ਉਹਨਾਂ ਦੇ ਉੱਤੇ ਚੱਲੇ ਹੈਗੇ। ਸੋ ਇੰਨੀ ਗੱਲਬਾਤ ਜਿਹੜੀ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਸੀ, ਕੱਲ੍ਹ ਨੂੰ ਹੋਰ ਗੱਲਬਾਤ ਖਬਰਾਂ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।